ਤੇ ਪੁਲਿਸ ਦਾ ਡੀਸੀ ਦਾ ਕੋਈ ਕੰਮ ਨਹੀਂ ਇੱਥੇ ਫੁਕਾਰੇ ਮਾਰਨ ਦਾ ਜੇ ਮਾਰਦਾ ਨੂੰ ਸਮਝਾ ਦਿਓ ਤੇ ਥੋੜਾ ਧੰਦਾ ਹੀ ਨਹੀਂ ਜੀ ਤੁਸੀਂ ਲਾ ਐਂਡ ਆਰਡਰ ਵਾਸਤੇ ਕਿਸੇ ਚੌਂਕ 'ਚ ਖੜੋ ਜੀਟੀ ਰੋਡ ਤੇ ਉੱਥੇ ਪੈਸੇ ਕਮਾਓ ਇੱਥੇ ਤੁਹਾਨੂੰ ਕੁਝ ਨਹੀਂ ਮਿਲਣਾ ਤੁਸੀਂ ਚਾਰ ਪੈਸੇ ਨੇ ਉੱਥੇ ਕਮਾਓ ਇੱਥੇ ਤੁਹਾਨੂੰ ਕੱਖ ਨਹੀਂ ਮਿਲਣਾ ਜਾਂ ਜਿਹੜਾ ਕੋਈ ਰਜਿਸਟਰੀ ਕਰਾਉਣ ਆਊਗਾ ਤੁਹਾਡੇ ਦਫ਼ਤਰ 'ਚ ਉੱਥੇ 15-20 ਹਜ਼ਾਰ ਰੁਪਇਆ ਵੱਢ ਲਓ ਤਹਿਸੀਲਦਾਰ ਦੀ ਡਿਊਟੀ ਲਾ ਦਿਓ ਤੁਹਾਨੂੰ ਅੱਧੋ ਅੱਧ ਦੇ ਦੂਗਾ ਜਿੰਨੀ ਬਿਊਰੋਕਰੇਸੀ ਆ ਹਿੰਦੁਸਤਾਨ ਦੀ ਝੂਠ ਚੱਟ ਇਹਨਾਂ ਨੂੰ ਸ਼ਰਮ ਕੋਈ ਨਹੀਂ ਭ੍ਰਿਸ਼ਟਾਚਾਰੀ ਕਰਦਿਆਂ ਦੁਰਾਚਾਰ ਕਰਦਿਆਂ ਵਿਭਚਾਰ ਕਰਦਿਆਂ ਅਤਿਆਚਾਰ ਕਰਦਿਆਂ ਤੇ ਮਕਾਰਪੁਣਾ ਕਰਦਿਆਂ ਉਹਨਾਂ ਨੂੰ ਕੋਈ ਸ਼ਰਮ ਨਹੀਂ ਜੀ ਇਹਨਾਂ ਦੀ ਪੈਂਟ ਕੋਟ ਟਾਈ ਤੇ ਬੂਟ ਸ਼ਿੰਗਾਰ ਕੇ ਜਦੋਂ ਸਿਕੰਦਰੀ ਸ਼ੀਸ਼ਿਆਂ 'ਚ ਆਪਦੇ ਚਿਹਰੇ ਵੇਖਦੇ ਆ ਇਹਨੂੰ ਐਂ ਲੈਂਦੇ ਵੀ ਧਰਤੀ ਦੇ ਅਵਤਾਰ ਅਸੀਂ ਆਏ ਹਾਂ ਹੋਰ ਉਹਨਾਂ ਨੂੰ ਤਾਂ ਨਾ ਕੱਪੜੇ ਪਾਉਣੇ ਆਉਂਦੇ ਆ ਜਿਹੜੀ ਸਾਡੀ ਰਵਾਇਤੀ ਸਿੱਖਿਆ ਪ੍ਰਣਾਲੀ ਆ ਜਿਹੜੀ ਲਾਡ ਮਕਾਲੇ ਦੀ ਬਣਾਈ ਹੋਈ ਉਹ ਸਿੱਖਿਆ ਨੀਤੀ ਹੈ ਅਜੇ ਤੱਕ ਉਸੇ ਤਰ੍ਹਾਂ ਹੀ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਪਾਇਆ ਉੱਥੇ ਤੁਸੀਂ ਮਤਲਬ ਸਕੂਲ 'ਚ ਜਾਓ 2-3 ਸਾਲ ਰੱਟੇ ਲਾਓ ਈੜੀ ਇਮਲੀ ਕੂੜਾ ਉੱਠ ਬਾਬਾ ਬੋਤਾ ਐਂ ਸਿਖਾਈ ਜਾਂਦੇ ਆ ਜਿਹਦਾ ਕੋਈ ਅਰਥ ਨਹੀਂ ਜਵਾਕਾਂ ਦੇ 3-4 ਸਾਲ ਬਰਬਾਦ ਕਰ ਦਿੰਦੇ ਆ ਇਸੇ ਤਰ੍ਹਾਂ ਹੀ ਅੰਗਰੇਜ਼ੀ ਦੇ ਅੱਖਰ 4-5 ਸਿਖਾ ਦਿੰਦੇ ਆ ਸਮੱਸਿਆ ਕਦੇ ਦੱਸਦੇ ਨਹੀਂ ਨਾ ਕੋਈ ਟੀਚਰ ਦੱਸਣ ਨੂੰ ਤਿਆਰ ਹੈ ਅਤੇ ਨਾ ਕਿਸੇ ਨੂੰ ਇਹ ਪਤਾ ਕਿ ਮੈਨੂੰ ਦੱਸਿਆ ਜਾਣਾ ਕਿ ਬੱਚੇ ਨੂੰ ਕੀ ਪਤਾ ਕਿ ਮੈਨੂੰ ਕੀ ਦੱਸਣਾ ਉਹ ਨੀਤੀ ਕਰਕੇ ਸਾਡਾ ਇਹ ਦੁਖਾਂਤ ਵਾਪਰਿਆ ਪਰ ਹੁਣ ਜਿਹੜਾ ਮੀਡੀਆ ਆਇਆ ਤੁਹਾਡੇ ਵਰਗੇ ਬੱਚੇ ਆ ਗਏ ਅਤੇ ਤੁਸੀਂ ਸਵਾਲ ਕਰਨ ਲੱਗ ਗਏ ਅਤੇ ਕੁਛ ਵੀ ਗੱਲ ਹੈ ਜਿਹੜਾ ਆਈ ਟੀ ਸੈੱਲ ਹੈ ਨਾ ਵੱਡੇ ਵੱਡੇ ਕਾਰਪੋਰੇਟ ਸੈਕਟਰਾਂ ਦਾ ਆਈ ਟੀ ਸੈੱਲ ਉਹਨੂੰ ਤਾਂ ਲੋਕ ਪਾਉਂਦੇ ਆ ਲਾਹਣਤਾਂ ਜੀ ਅਤੇ ਤੁਸੀਂ ਘਰੋਂ ਇਕੱਲੀ ਫਿੱਕੀ ਚਾਹ ਪੀ ਕੇ ਆਏ ਹੁੰਦੇ ਹੋ ਕਈ ਮੁੰਡੇ ਬਿਲਕੁਲ ਜੀ ਤੇ ਉਸੇ ਤਰ੍ਹਾਂ ਹੀ ਮੁੜ ਜਾਂਦੇ ਹੋ ਜੀ ਤੇ ਲੋਕੀ ਸੁਣ ਕੇ ਕਹਿੰਦੇ ਵੀ ਆਹ ਤਾਂ ਵੱਟ ਕੱਢੇ ਪਏ ਆ ਕਿਉਂਕਿ ਸਾਨੂੰ ਤਾਂ ਇਹ ਲੱਗਦਾ ਨਾ ਵੀ ਇਹ ਸਾਡੇ ਹੀ ਬੰਦੇ ਆ ਜਿਹੜੇ ਮੋਰਚੇ ਦੇ ਵਿੱਚ ਬੈਠੇ ਆ ਇਹ ਤਾਂ ਅਸੀਂ ਆਪ ਹੈ ਸਾਡਾ ਹੱਕ ਹੈ ਸਾਡੀ ਗੱਲ ਇੱਕੋ ਮਿੰਟ ਦੇ ਵਿੱਚ 50-50 ਬੰਦੇ ਕੋਲੇ ਪਹੁੰਚ ਜਾਂਦੀ ਆ ਜੀ 10-10 ਲੱਖ ਬੰਦਿਆਂ ਕੋਲੇ ਪਹੁੰਚ ਜਾਂਦੀ ਆ ਇੱਕ ਪਿੰਡੂ ਬੰਦਾ ਜਿਹਦੇ ਸਾਰੇ ਦਰਵਾਜ਼ੇ ਬੰਦ ਨੇ ਤੇ ਤੁਹਾਡੇ ਨਿੱਕੇ ਜਿਹੇ ਫੋਨ ਦੇ ਰਾਹੀਂ ਲੱਖ ਬੰਦਾ 10 ਲੱਖ ਬੰਦਾ ਸੁਣ ਕੇ ਉਹ ਕਹਿੰਦੇ ਵੀ ਆਹ ਤਾਂ ਮੁੰਡਿਆਂ ਨੇ ਕਮਾਲ ਕਰਤੀ ਤੇ ਇਹ ਆਪਣਾ ਯੋਗਦਾਨ ਹੈ ਜੀ ਤੁਸੀਂ ਇਹ ਯੋਗਦਾਨ ਛੱਡਿਓ ਨਾ ਜੀ ਤੁਹਾਡੀ ਚਾਹ ਵੀ ਮਿੱਠੀ ਹੋ ਜੂਗੀ ਜੀ ਬਾਪੂ ਤੁਹਾਡੇ ਚਾਹ ਵੀ ਪੂਰੇ ਹੋ ਜਾਣਗੇ ਹਾਂਜੀ ਤੇ ਤੁਸੀਂ ਕਾਰਪੋਰੇਟ ਸੈਕਟਰ ਆ ਤੇ ਅਖੌਤੀ ਜਿਹੜਾ ਰਾਜਤੰਤਰ ਹੈ ਇਹਦਾ ਰਲ ਕੇ ਤੁਸੀਂ ਨਾ ਵਧੀਆ ਨਾਗਰਿਕ ਬਣ ਕੇ ਭੋਗ ਪਾ ਦਿਓ ਪੰਜਾਬ ਬਚ ਰਹੂ ਬਾਪੂ ਘਾਟ ਕਿਤੇ ਨਾ ਕਿਤੇ ਕਿੱਥੇ ਸਮਝਦੇ ਹੋ ਆਪਣੇ ਸਮਾਜ ਦੇ ਵਿੱਚ ਕਿੱਥੇ ਘਾਟ ਰਹਿ ਜਾਂਦੀ ਹੈ ਦੇਖੋ ਬਈ ਲੋਕ ਵਿਚਾਰੇ ਮਸੂਮ ਹੈ ਲੋਕ ਰਾਜ ਦੇ ਵਿੱਚ ਲੋਕ ਜੇ ਮਸੂਮ ਹੋਣ ਤੇ ਅਗਿਆਨਤਾ ਦੇ ਵਿੱਚ ਜਿਉਂ ਰਹੇ ਹੋਣ ਤਾਂ ਫਿਰ ਰਾਜਕਰਤਾ ਸ਼੍ਰੇਣੀ ਨੂੰ ਕੋਈ ਖਤਰਾ ਨਹੀਂ ਰਾਜਕਰਤਾ ਸ਼੍ਰੇਣੀ ਨੂੰ ਉਦੋਂ ਖਤਰਾ ਹੁੰਦਾ ਜਦੋਂ ਤੁਹਾਨੂੰ ਚੇਤਨਾ ਆ ਜੇ ਜਦੋਂ ਲੋਕਾਂ ਨੂੰ ਚੇਤਨਾ ਆ ਜੇ ਜਿੱਥੇ ਕਿੱਥੇ ਚੇਤਨਾ ਆਈ ਆ ਉਦੋਂ ਲੋਕਾਂ ਦੀ ਚੇਤਨਾ ਕਰਕੇ ਆਈ ਹੈ ਤੇ ਰਾਜ ਸੱਤਾ ਦੇ ਤਖਤੇ ਪਲਟ ਗਏ ਆ ਵੱਡੇ ਵੱਡੇ ਇਨਕਲਾਬ ਆਏ ਆ ਫਰਾਂਸ ਦੀ ਕ੍ਰਾਂਤੀ ਆਈ ਲੋਕਾਂ ਨੇ ਠੋਕਤਾ ਸੀ ਨਾ ਚਰਚ ਤੇ ਸਟੇਟ ਦੋਨੇ ਅਮਰੀਕਾ ਦੀ ਆਜ਼ਾਦੀ ਆਈ ਸਭ ਕੁਛ ਭੰਨਤਾ ਸੀ ਰੂਸ ਦੇ ਵਿੱਚ ਇਨਕਲਾਬ ਆਇਆ ਜਾਰਖਾਨ ਦਾ ਪਰੇ ਕਰਤਾ ਸੀ ਥੋਂਦਾ ਨਹੀਂ ਮੁੜ ਕੇ ਚੀਨ ਦੇ ਵਿੱਚ ਇਨਕਲਾਬ ਆਇਆ ਸਾਰੇ ਬੰਦੇ ਜਿਹੜੇ ਸੀਗੇ ਤੁਰ ਤੇ ਗਾਂ ਤੁਹਾਡੇ ਵੀ ਇਸ ਤਰ੍ਹਾਂ ਹੀ ਆਊਗਾ ਤੁਹਾਡੇ ਦੇ ਇਨਕਲਾਬ ਦਾ ਆਉਣਾ ਬੜਾ ਜ਼ਰੂਰੀ ਹੈ ਜੇ ਆਪਣੇ ਇਨਕਲਾਬ ਆਪਾਂ ਨਾ ਲਿਆ ਤਾਂ ਕਾਰਪੋਰੇਟ ਸੈਕਟਰ ਨੇ ਆਪਾਂ ਨੂੰ ਕੱਚਿਆਂ ਨੂੰ ਖਾ ਜਾਣਾ ਪੁੱਤਰੋ ਇਸ ਕਰਕੇ ਤੁਸੀਂ ਤਕੜੇ ਬਣੋ ਸਿਆਣੇ ਬਣੋ ਵੱਧ ਤੋਂ ਵੱਧ ਪੜ੍ਹੋ ਨਸ਼ਿਆਂ ਤੋਂ ਬਚੋ ਸ਼ਾਮ ਨੂੰ ਤਾਸ਼ ਦੇ ਵਕਤ ਖਰਾਬ ਨਾ ਕਰਿਓ ਕੋਈ ਬੱਚਿਆਂ ਦੇ ਕੋਲੇ ਬਹਿ ਕੇ ਬੱਚਿਆਂ ਨੂੰ ਪੜ੍ਹਾਓ ਅਤੇ ਉਹਨੇ ਪੜ੍ਹਦਿਆਂ ਨੂੰ ਉਹਨਾਂ ਦੀਆਂ ਗੱਲਾਂ ਸੁਣੋ ਫਿਰ ਆਪਾਂ ਤਕੜੇ ਹੋਵਾਂਗੇ ਅਤੇ ਸਰਕਾਰਾਂ ਜ਼ਾਲਮ ਸਰਕਾਰਾਂ ਜਿਹੜੇ ਜਾਨ ਰੰਗੇ ਨੇ ਇਹ ਕਮਜ਼ੋਰ ਪੈ ਜਾਣਗੇ ਤੇ ਬਾਪੂ ਜੀ ਇਹਦਾ ਹੱਲ ਕੀ ਲੱਗਦਾ ਜਿਹੜਾ ਮੋਰਚਾ ਲੱਗਿਆ ਹੋਇਆ ਇਹਦਾ ਹੱਲ ਆਖਰ ਕੀ ਨਿਕਲੂਗਾ ਵੀ ਫੈਕਟਰੀ ਬੰਦ ਹੋਊਗੀ ਜਾਂ ਫੈਕਟਰੀ ਵਾਲੇ ਕੋਈ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣਗੇ ਕੀ ਹੋਊਗਾ ਫੈਕਟਰੀ ਨੂੰ ਐਂ ਨਹੀਂ ਚਾਹੁੰਦਾ ਕਿ ਪੰਜਾਬ 'ਚੋਂ ਫੈਕਟਰੀਆਂ ਬੰਦ ਹੋਣ ਹਾਂਜੀ ਵੱਧ ਲੱਗਣ ਇੱਥੇ ਇੱਕ ਮੈਂ ਕਹਿੰਦਾ 50 ਵੀ ਲੱਗ ਜਾਣ ਇੰਡਸਟਰੀਲਾਈਜੇਸ਼ਨ ਦੇ ਪਾਵਰ ਖਿਲਾਫ ਨਹੀਂ ਜੀ ਪਰ ਇਹ ਬੰਦੇ ਦੇ ਪੁੱਤ ਬਣ ਤਰੀਕੇ ਨਾਲ ਚੱਲਣ ਤਰੀਕੇ ਜਿਵੇਂ ਅਮਰੀਕਾ 'ਚ ਚੱਲਦੀ ਹੈ ਜਪਾਨ 'ਚ ਚੱਲਦੀ ਹੈ ਫਰਾਂਸ 'ਚ ਚੱਲਦੀ ਹੈ ਫਿਰ ਕੋਈ ਇਤਰਾਜ਼ ਦੀ ਫਾਰਮੈਲਟੀਆਂ ਪੂਰੀਆਂ ਕਰਨ ਪੈਰਾਮੀਟਰ ਫਾਰਮੈਲਟੀਆਂ ਕਰਕੇ ਔਰ ਉਹਨਾਂ ਤੇ ਪਹਿਰਾ ਦੇਣ ਠੀਕ ਹੈ ਜੇ ਉੱਥੇ ਪਹਿਰਾ ਨਹੀਂ ਦਿੱਤੇ ਤਾਂ ਉਹਨਾਂ ਦੀ ਪੜਤਾਲ ਲੋਕ ਕਰਨ ਅਫਸਰ ਨਹੀਂ ਅਫਸਰਾਂ ਨੇ ਤਾਂ ਅੰਦਰ ਜਾਣਾ ਸ਼ਰਾਬ ਦੇ 2 ਪੈਗ ਲਾਉਣੇ ਆ ਬੇਹਾ ਮੁਰਗਾ ਖਾ ਲੈਣਾ ਤੇ 500-700 ਜੇਬ 'ਚ ਪਾ ਕੇ ਤੇ ਘਰੇ ਵੱਗ ਜਾਣਾ ਬਿਲਕੁਲ ਫੈਕਟਰੀ ਦਾ ਪੋਲੂਸ਼ਨ ਉਸੇ ਤਰ੍ਹਾਂ ਹੀ ਹੁੰਦਾ ਰਹੂਗਾ ਉਹ ਆਪਦੀ ਆਤਮਾ ਮਲੀਨ ਕਰਕੇ ਤੁਰਜੂ ਤੇ ਇਹ ਤੁਹਾਡੀ ਇਹ ਪੋਲੂਸ਼ਨ ਆ ਤੁਹਾਨੂੰ ਪਲੀਤ ਕਰ
करते रहेंगे। इस करके ये पड़ताल का अधिकार है पिंड के लोगों को होना चाहिए। पिंड के सियाने बंदे पिंड के विद्यार्थी जिहड़े पढ़े ने पिंड के कई विद्या नौजवान मुंडे विज्ञान के स्टूडेंट ने जी। कोई इंजीनियर का स्टूडेंट है कोई मैडिकल का स्टूडेंट है ये सारे कट्ठे रल के कमेटियां बना के इन्हों हर दसवें दिन पड़ताल हो अचनचेत जी जिवें बैंकां दी ऑडिट हुंदी ओवें होवे होवे फिर ठीक है फिर 50 फैक्टरी लग जाऊंगे आपां नूं कितरा जा भी जिवें आपां कहिंदे अफसरां दे महकमे वाले आ गए पोल्यूशन बोर्ड वाले आ गए फलाने वाले ओह आ के कोई चार पैसे लेके मुड़ गए आपां नूं की पता जी झट हुंदे आ जिन्नी ब्यूरोक्रेसी आ हिंदुस्तान दी झूठ झट हां ओ तां शर्म कोई नहीं भ्रष्टाचारी करदियां दुराचार करदियां बेबिचार करदियां अत्याचार करदियां ते मकारपुणा करदियां उन्हां नूं कोई शर्म नहीं जी। इन्हां दी पेंट कोट टाई ते बूट शिंगार के जदों सिकंदरी शीशियां च आपदे चेहरे वेखदे आ इहनूं ऐ लगदा वी धरती दे अवतार असीं आए आ होर उहनां नूं तां ना कपड़े पाउणे आउंदे आ बंदा ही कोई नहीं करदे इह बंदा बाबा भैड़ी जी दाढ़ी वाला कित्थों आ गया इह भैड़ी जी पगड़ा कित्थों आ गया। इस करके आपां रल के इह कम करिए तुहाडी जागणा ते इहनां दा भज्जणा जरूरी है। इस करके चिंता की गल नहीं संघर्ष जारी रखो थोनू कोई भी सरकार का अफसर इतने आके हुक्म नहीं कर सकता उन्हें कोई अधिकार नहीं जड़े संघर्ष है उन्हों का फैसला सरकार के नाल गलबात करके होंगे मुख्यमंत्री नाल गलबात करके होंगे तो पुलिस का डीसी का कोई कम नहीं इतने फुकारे मारन का जो मारदा समझा दो तो थोड़ा धंधे नहीं जी जी तुम लॉ एंड ऑर्डर वास्ते किसी चौक च खड़ो बिल्कुल जी जी टी रोड से उतो पैसे कमाओ सारियां गल्लां इन्हां दे मुंह ते कहो थोड़िया चेतना नाल इह छोटे हो जाणगे थोड़ा पुत विकास भी हो बाबे नानक जी आखण विकास भी हो विकास अध्यात्मक खेड़ा जी। मैं इन्नी कहना जे कोई माड़ा मोटा लफ्ज उठा पुठा सीधा बोलिया गया पुत्रा असीं इहदी माफी मंगदे हां पर असीं थोड़ा दुख नहीं वेख सकते इस करके असीं कौड़ा भी बोल जांदे हां ठीक है जी। बहुत बहुत शुक्रिया बापू।